ਲੋਕਸਭਾ ਚੋਣਾਂ ਲੈ ਕੇ ਅਕਾਲੀ ਦਲ ਬਾਦਲ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਸਭਾ ਹਲਕਾ ਨੂਰਪੁਰ ਬੇਦੀ ਵਿੱਚ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਉੱਥੇ ਹਾਜ਼ਰ ਨਾਜ਼ਰ ਰਹੇ। ਸੁਖਬੀਰ ਬਾਦਲ ਨੇ ਕਾਂਗਰਸ ਤੇ ਵਾਰ ਕਰਦਿਆਂ ਕਿਹਾ ਕਿ ਕੈਪਟਨ ਪੰਜਾਬ ਦਾ ਪਹਿਲਾ ਅਜਿਹਾ ਮੁੱਖ ਮੰਤਰੀ ਹੈ ਜੋ ਲੋਕਾਂ ਵਿੱਚ ਆਉਣ ਤੋਂ ਕਤਰਾਂਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਾਲਜਾਂ ਨੂੰ ਦਿੱਤੇ ਜਾਣ ਵਾਲੇ ਪੈਸੇ ਤੇ ਮੁਫਤ ਦਿੱਤੇ ਜਾਣ ਵਾਲੇ ਬਿਜਲੀ ਦੇ ਯੂਨਿਟ ਵੀ ਬੰਦ ਕਰਵਾ ਦਿੱਤੇ ਹਨ। ਉਹਨਾਂ ਆਪਣੀ ਪਾਰਟੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਦੇ ਸਮੇਂ ਪੰਜਾਬ ਵਿੱਚ ਵੱਡੇ ਵੱਡੇ ਕੰਮ ਕੀਤੇ ਸੀ, ਪਰ ਕੈਪਟਨ ਨੇ ਪੰਜਾਬ ਵਿੱਚ ਸ਼ੁਰੂ ਕੀਤੇ ਕਈ ਕੰਮਾਂ ਨੂੰ ਬੰਦ ਕਰਵਾ ਦਿੱਤਾ। ਭਾਵੇਂ 5 ਤੋਂ ਲੜ ਲਏ, ਭਾਵੇਂ 100 ਤੋਂ ਲੜ ਲਏ, ਵਿਹਲੇ ਆ, ਹਾਰਨਾ ਤਾਂ ਹਰ ਜਗ੍ਹਾ ਹੈ, ਇਸ ਕਰਕੇ ਕੋਈ ਫਰਕ ਨਹੀਂ ਪੈਂਦਾ। ਅਤੇ ਮੈਂ ਕਿਹਨੂੰ ਇੰਨਾ ਕਹਿਣਾ ਚਾਹੁੰਦਾ, ਕੰਪੈਰੀਜ਼ਨ ਹੀ ਨਹੀਂ ਹੈ। ਜਾਇਜ਼ਾ ਮਾਹੌਲ ਬਣ ਗਿਆ, ਜਾਇਜ਼ਾ ਤੂਫਾਨ ਚੱਲ ਪਿਆ, ਸਾਰਾ ਕਾਂਗਰਸ ਕੂੰਗਰਸ ਆ, ਸਾਰੇ UPA ਉੱਡ ਜਾਣਾ, ਕਲੀਅਰ ਕੱਟ ਮੈਜੋਰਿਟੀ NDA ਦੀ ਹੋਣੀ। ਤੁਹਾਡੀ ਪੰਜਾਬ 'ਚ ਕਿੱਦਾਂ ਦੇਖਿਆ? ਪੂਰੀ ਤਿਆਰੀ ਹੈ, ਤੁਸੀਂ ਆਪ ਦੇਖ ਲਿਆ, ਅਸੀਂ ਤਾਂ ਮੈਦਾਨੇ ਜੰਗ 'ਚ ਆ ਕੇ ਵਿਰੋਧੀ ਦਾ ਡਰਦੇ ਵਾਲੇ ਤੱਕ ਆਏ ਨਹੀਂ। ਤੁਹਾਡੇ ਸਾਹਮਣੇ ਆ ਕਿ ਕਿਸ ਤਰੀਕੇ ਵਹੀਰਾਂ ਕੱਟ ਕੇ ਬੀਬੀਆਂ, ਨੌਜਵਾਨ, ਬਜ਼ੁਰਗ, ਦਲਿਤ ਵੀ, ਵਪਾਰੀ ਵੀ, ਸਾਰੇ ਜਿਹੜੇ ਵਹੀਰਾਂ ਕੱਟ ਕੇ ਪਹੁੰਚੇ ਆ। ਗਰਮੀ ਦੇ ਬਾਵਜੂਦ ਠਾਠਾ ਮਾਰਦਾ ਕੱਟ ਜਿਹੜਾ ਉਹ ਲੜ ਦੇ ਵਿੱਚ ਪਹੁੰਚਿਆ। ਔਰ ਦੂਜੀ ਮੈਨੂੰ ਹੋਰ ਖੁਸ਼ੀ ਹੈ ਕਿ ਸਾਡੇ ਮੇਰੇ ਛੋਟੇ ਵੀਰ, ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਜਿਹੜੇ ਪਾਰਟੀ ਦੇ ਮੀਤ ਪ੍ਰਧਾਨ ਵੀ ਸੀ ਪਿਛਲੇ ਸਮਿਆਂ 'ਚ, ਪਰਿਵਾਰ ਦੇ ਵਿੱਚ ਜਿਵੇਂ ਕਈ ਵਾਰੀ ਨਿੱਕੀ ਮੋਟੀ ਗੱਲ ਹੋ ਜਾਂਦੀ ਹੈ, ਸਾਡੇ ਤੋਂ ਵੱਖਰੇ ਹੋ ਗਏ। ਅੱਜ ਉਹ ਵਾਪਸ ਪਰਿਵਾਰ ਦੇ ਵਿੱਚ ਸਾਰੇ ਸਾਥੀਆਂ ਸਮੇਤ ਸ਼ਮੂਲੀਅਤ ਕਰ ਰਿਹਾ। ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਚੰਗਾ ਸਾਥੀ ਜਿਹਨੇ ਲੰਬਾ ਸਮਾਂ ਸਾਡੇ ਨਾਲ ਪਹਿਲਾਂ ਵੀ ਕੰਮ ਕੀਤਾ, ਉਹ ਦੁਬਾਰਾ ਪਾਰਟੀ 'ਚ ਆ ਕੇ ਸਰਗਰਮ ਹੋਇਆ। ਮੈਂ ਉਹਨਾਂ ਨੂੰ, ਜਿੰਨੇ ਉਹਨਾਂ ਦੇ ਨਾਲ ਸਾਥੀ ਆਏ ਆ, ਸਾਰਿਆਂ ਨੂੰ ਜੀ ਆਇਆ ਆਖਦਾ। ਔਰ ਮੈਂ ਸਮਝਦਾ ਕਿ ਇਹੋ ਜਿਹੇ ਸਾਥੀਆਂ ਦੇ ਦੁਬਾਰਾ ਕਾਫਲੇ ਦੇ ਵਿੱਚ ਸਰਗਰਮ ਹੋਣ ਨਾਲ ਜਿਹੜੀ ਮੁਹਿੰਮ ਹੈ ਹੋਰ ਵੀ ਤੇਜ਼ ਬੇਦੀ ਦੇ ਵਿੱਚ, ਬਲਾ ਚੌਕ ਦੇ ਵਿੱਚ ਅਤੇ ਇੱਕ ਗੜ੍ਹ ਸ਼ੰਕਰ ਦੇ ਵਿੱਚ ਇਹ ਚੋਣ ਰੈਲੀਆਂ ਹੋ ਰਹੀਆਂ ਨੇ। ਔਰ ਇਹਨਾਂ ਚੋਣ ਰੈਲੀਆਂ ਦੇ ਵਿੱਚ ਜਿਹੜਾ ਉਭਾਰ ਆ, ਉਤਸ਼ਾਹ, ਚਾਹ ਲੋਕਾਂ ਦੀ ਗਿਣਤੀ ਆ, ਇਸ ਗੱਲ ਦਾ ਸੰਕੇਤ ਆ ਕਿ ਆ ਰਹੀ ਲੋਕ ਸਭਾ ਚੋਣ ਦੇ ਵਿੱਚ ਲੋਕ ਜਿਹੜੇ ਨੇ ਹਲਕੇ ਦੇ ਮੇਰੇ 5 ਸਾਲਾਂ ਦੇ ਕੰਮਾਂ ਦਾ ਜੋ ਪਰਫਾਰਮੈਂਸ ਮੇਰੀ ਲੋਕ ਸਭਾ 'ਚ ਰਹੀ ਉਹਦਾ ਧਿਆਨ ਰੱਖ ਕੇ, ਔਰ ਲੇਹ ਦੀ ਬਾਗਡੋਰ ਨਰਿੰਦਰ ਭਾਈ ਮੋਦੀ ਦੇ ਹੱਥਾਂ ਵਿੱਚ ਜੋ ਮਜ਼ਬੂਤੀ ਨਾਲ ਰਹੀ, ਔਰ ਜਿਹਦੇ ਨਾਲ ਗੌਰਵ ਮਾਣ ਸਤਿਕਾਰ ਦੁਨੀਆ ਭਰ ਦੇ ਵਿੱਚ ਹਿੰਦੁਸਤਾਨ ਦਾ ਵਧਿਆ, ਉਹਦੇ ਨਾਲ ਸਾਰਾ ਦੇਸ਼ ਚਾਹ ਦੇ ਵਿੱਚ ਉੱਠ ਰਿਹਾ, ਔਰ ਮੁੜ ਕੇ ਮੋਦੀ ਸਾਹਿਬ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦਾ। ਔਰ ਇਸ ਕਰਕੇ ਮੈਂ ਸਮਝਦਾ ਵਪਾਰੀ, ਕਾਰੋਬਾਰੀ, ਦੁਕਾਨਦਾਰ, ਮੁਲਾਜ਼ਮ, ਕਿਸਾਨ, ਹਰ ਵਰਗ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਬਣਾਉਣ ਦੇ ਵਿੱਚ, NDA ਦੀ ਸਰਕਾਰ ਬਣਾਉਣ ਦੇ ਤਿਆਰ ਆ। ਵੈਸੇ ਵੀ ਜੇ ਬਾਦਲ ਸਾਹਿਬ ਦੀ ਸਰਕਾਰ ਦੇ ਕੰਮਾਂ ਦਾ ਲੇਖਾ ਜੋਖਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 2 ਸਾਲਾਂ ਨਾਲ ਕਰਦੇ ਹਾਂ, ਤਾਂ ਕੈਪਟਨ ਸਰਕਾਰ ਦਾ ਨਿਰੀ ਧੋਖੇਬਾਜ਼, ਵਿਸ਼ਵਾਸਘਾਤ ਸਰਕਾਰ ਸਾਹਿਬ ਤੋਂ ਹੋਈ ਆ, ਜਦੋਂ ਕਿ ਬਾਦਲ ਸਾਹਿਬ ਦੀ ਸਰਕਾਰ ਸੇਵਾ ਕਰਨ ਵਾਲਿਆਂ ਦੀ ਸਰਕਾਰ ਸਾਹਿਬ ਤੋਂ ਹੋਈ ਆ। ਸੋ ਇਸ ਕਰਕੇ ਇਹ ਕੰਪੈਰੀਜ਼ਨ ਦਾ ਵੀ ਬੜਾ ਫਰਕ ਉਹਦੇ 'ਤੇ ਪੈ ਰਿਹਾ। ਪਰ ਮੈਨੂੰ ਲੱਗਦੀ ਆ ਕਿ ਆ ਰਹੀ ਲੋਕ ਸਭਾ ਚੋਣਾਂ ਵਿੱਚ ਅਸੀਂ ਕਾਂਗਰਸ ਨੂੰ ਪੰਜਾਬ ਦੇ ਅੰਦਰ 1 ਸੀਟ ਨਹੀਂ ਜਿੱਤਣ ਦੇਵਾਂਗੇ, 13 ਦੀਆਂ 13 ਸੀਟਾਂ ਸ਼੍ਰੋਮਣੀ ਅਕਾਲੀ ਦਲ BJP ਜਿੱਤੇਗਾ।